ਮਤਲਬ ਥੋੜ੍ਹਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅਤੇ ਹੁਣ ਕਣਕਾਂ ਦਾ ਸੀਜ਼ਨ ਆਇਆ ਵੇ ਅਤੇ ਆਪਾਂ ਕਣਕਾਂ ਦੇ ਸੀਜ਼ਨ ਵੇਲੇ ਬਣਾਉਣ ਲੱਗੇ ਹਾਂ ਬਲੌਗ ਅਤੇ ਆਪਾਂ ਮਿੱਤਰੋ ਕੱਲ੍ਹ ਨੂੰ ਕਣਕ ਵੱਢਣੀ ਆ ਅੱਜ ਚੁੰਡਾ ਚਾਂਡਾ ਵੱਢਣ ਆਏ ਹਾਂ ਅਤੇ ਦਿਖਾਉਂਦੇ ਤੁਹਾਨੂੰ ਅੱਜ ਦੇਖੋ ਮਿੱਤਰੋ ਵੀ ਹੱਥ ਨਹੀਂ ਵੇ ਅਤੇ ਕੱਲ੍ਹ ਨੂੰ ਆਪਾਂ ਸੁਬਹਾ ਮਸ਼ੀਨ ਲਾ ਦੇਣੀ ਆ ਮੇਰੇ ਮਿੱਤਰੋ ਅਤੇ ਕੱਲ੍ਹ ਨੂੰ 35 ਦਾ ਆਪਣੇ ਦਾ ਜ਼ੋਰ ਲਵਾ ਦੇਣਾ ਸਵਰਾ ਵੱਢਣਾ ਪਾਉਂਦਾ ਆਊਗਾ ਆਪਾਂ ਨਵੀਂ ਪਾਈਪ ਵੀ ਲਾ ਦੀ ਟਰੈਕਟਰ 'ਤੇ ਤੁਹਾਨੂੰ ਦਿਖਾਉਂਦੇ ਹਾਂ ਕੱਲ੍ਹ ਨੂੰ ਕਿਹੜੀ ਪਾਈਪ ਲਾਈ ਆ ਅਤੇ ਕਿਵੇਂ ਆਵਾਜ਼ ਆ ਉਹਦੀ ਦੇਖੋ ਮਿੱਤਰੋ ਨਜਾਣੀਆਂ ਬਸ ਵੱਢੀਆਂ ਪਈਆਂ ਆਪਣੀਆਂ ਸਾਰੀਆਂ ਕਿਉਂਕਿ ਇਹ ਕੰਮ ਪਹਿਲਾਂ ਕੀਤੇ ਚੰਗੇ ਆ ਮਿੱਤਰੋ ਬਾਹਰ ਕਟਰ ਕੁਟਰ ਪਹੁੰਚਦੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਇੱਕ ਭਾਈ ਦੇ ਸਾਰੇ ਬੰਦੇ ਵੱਢ ਪੀਏ ਚੁੰਡਾ ਬਾਕੀ ਮਿੱਤਰੋ ਕਣਕਾਂ ਵੱਢੀਆਂ ਹੀ ਆ ਸਾਰੀਆਂ ਆਪਾਂ ਇਹ ਕਿ ਤਾਂ ਲੇਟ ਵੱਢੀਆਂ ਵੀ ਯਾਰ ਮੰਡੀਆਂ ਬੈਠਣ ਚੰਗਾ ਪਹਿਲਾਂ ਲੇਟ ਵੱਢੋ ਆਪਦਾ ਅਤੇ ਸੁਕਾ ਕੇ ਪੂਰੀ ਫੇਰ ਜਾਓ ਮੰਡੀਆਂ ਸਾਰੇ ਜ਼ਮੀਨਦਾਰਾਂ ਵੀਰਾਂ ਨੂੰ ਆਪਣੀ ਬੇਨਤੀ ਆ ਵੀ ਲੇਟ ਹੀ ਵੱਢਿਆ ਕੋਈ ਕਾਲੀ ਨਹੀਂ ਹੁੰਦੀ ਆਪਾਂ ਨੂੰ 6 ਮਹੀਨੇ ਫਸਲ ਪਾਲਦੇ ਹਾਂ ਅਤੇ ਹੁਣ ਵੀ ਥੋੜ੍ਹਾ ਮਿੰਟ ਰੁਕ ਜਾਊਂਗੇ ਤਾਂ ਕੋਈ ਚੱਕਰ ਗੱਲ ਨਹੀਂ ਹੁੰਦੀ ਇਸ ਲਈ ਮਿੱਤਰੋ ਲੇਟ ਵੱਢੀ ਚੰਗੀ ਆ ਮੰਡੀਆਂ ਬੈਠਣ ਨਾਲ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਐਗਰੀ ਹੋ ਮੇਰੀ ਗੱਲ ਤੋਂ ਹੋਰ ਆ ਮਿੱਤਰਾਂ ਪਿੰਡ ਆਪਣਾ ਗੁਰਦੁਆਰਾ ਚੈੱਕ ਕਰੋ ਮਿੱਤਰੋ ਉਹਦੀ ਮੋਟਰ ਆਪਣੀ ਚੁੰਡਾ ਚੰਡਾ ਵੱਢਦੇ ਹੁਣ ਆਪਾਂ ਘਰੇ ਜਾਂਦੇ ਹਾਂ ਅਤੇ ਕੱਲ੍ਹ ਨੂੰ ਹੁਣ ਵਲੌਗ ਸ਼ੁਰੂ ਕਰਾਂਗੇ ਇੱਥੋਂ ਹੀ ਇਹਦੋਂ ਤੜਕੇ 'ਚ ਸ਼ੁਰੂ ਕਰਾਂਗੇ ਆਪਾਂ ਟਰੈਕਟਰ ਟਰੂਟਰ ਲਿਆਵਾਂਗੇ ਇੱਥੇ ਟਰਾਲਰ ਲਵਾ ਕੇ ਦੇਖਦੇ ਹਾਂ ਝਾੜ ਕਿਵੇਂ ਆਪਣੀ ਕਣਕ ਦਾ ਬਾਕੀ ਲੋਕ ਤਾਂ ਦੱਸੀ ਜਾਂਦੇ ਚੰਗਾ ਝਾੜ ਏ ਕਰ ਇਹਨੇ ਆਪਾਂ ਆਪਣੀ ਕਣਕ ਦਾ ਕਿੱਦਾਂ ਝਾੜ ਨਿਕਲਦਾ ਤੁਹਾਡੇ ਮੂਹਰੇ ਆਪਾਂ ਤੁਹਾਨੂੰ ਵੀਡੀਓ ਆਪਾਂ ਸਾਰੀ ਬਣਾਵਾਂਗੇ ਅਤੇ ਦਿਖਾਵਾਂਗੇ ਤੁਹਾਨੂੰ ਕੀ ਹਿਸਾਬ ਕਿਤਾਬ ਆ ਹੁਣ ਕਰ ਲਓ ਚੈੱਕ ਓਕੇ ਮਿੱਤਰੋ ਸੁਬਹਾ ਕਰਦੇ ਹਾਂ ਵਲੌਗ ਸ਼ੁਰੂ ਆਪਾਂ ਅੱਜ ਇੱਥੇ ਤੱਕ ਰੱਖਦੇ ਹਾਂ ਆਪਾਂ ਹੁਣ ਤੱਕ ਗੱਲ ਮੈਂ ਦਿਖਾ ਦਈਏ ਵੀ ਚੁੰਡਾ ਚੰਡਾ ਵੱਢਣੀ ਲਾ ਦਿੰਦੇ ਹਾਂ ਵਲੌਗ ਬਣਾਉਣਾ ਸ਼ੁਰੂ ਕਰਦੇ ਹਾਂ ਸੀਜ਼ਨ ਦਾ ਟਾਈਮ ਆ ਤੁਹਾਨੂੰ ਪਤਾ ਹੀ ਹੈ ਇਹਦੇ ਬਾਅਦ ਤੂੜੀ ਤਾੜੀ ਬਣਾਵਾਂਗੇ ਅਤੇ ਉਹ ਦਿਖਾਵਾਂਗੇ ਤੁਹਾਨੂੰ ਕਿਹੜਾ ਟਰੈਕਟਰ ਲਾਉਂਗੀ ਜੀ ਸਵਰਾ ਇੱਦਾਂ ਦਿਖਾਵਾਂਗੇ ਜੋ ਤੂੜੀ ਦੇ ਹੁਣ ਸਵਰਾ ਹੀ ਹੁੰਦਾ ਆਪਣੇ ਤੇਜ਼ ਲਾਜੀਆਂ ਦਾ ਹੀ ਆ ਉਹਦਾ ਰੈਕਰ ਲਾਈਦਾ ਆਪਾਂ ਉਹਦਾ ਦਿਖਾਵਾਂਗੇ ਤੁਹਾਨੂੰ ਜ਼ੋਰ ਯਾਰ ਮਿੱਤਰੋ ਕਿੱਦਾਂ ਬਣਾਉਂਦਾ ਤੂੜੀ ਦੇ ਕਿਵੇਂ ਸਫਾਈ ਚੰਗੀ ਕੱਢਦਾ ਕਿ ਕਿਵੇਂ ਆ ਉਹ ਵਲੌਗ ਮਿੱਤਰੋ ਚੈੱਕ ਕਰੋ ਵੇਖਣ ਵਾਲਾ ਵਲੌਗ ਹੋਗਾ ਓਕੇ ਮਿੱਤਰੋ ਬਣਾਉਂਦੇ ਕੱਲ੍ਹ ਨੂੰ ਇੱਥੇ ਵਲੌਗ ਮਿੱਤਰੋ ਸਵਾਗਤ ਆ ਤੁਹਾਡਾ ਅਗਲੇ ਦਿਨ ਵਿੱਚ ਕਰੋ ਚੈੱਕ ਟਰੈਕਟਰ ਆਪਣਾ ਆਇਆ ਮੈਂ ਟਰਾਲਾ ਟਰਾਲਾ ਚੈੱਕ ਕਰ ਲਓ ਤਰਪਾਲ ਵੀ ਹੋਈ ਤਾਂ ਆਪਾਂ ਵਧੀਆ ਦੇਖੋ ਮਿੱਤਰ ਲੋਕ ਟਰੈਕਟਰ ਦੀ ਆਹ ਤੁਹਾਨੂੰ ਦਿਖਾਏ ਆਪਾਂ ਪੈਪ ਲਾਈ ਆ ਜਿਹੜੇ ਆਪਣੇ ਕੋਲ ਜਾਲੀਆ ਸੈਂਸਰ ਦੀ ਤੁਹਾਨੂੰ ਪਤਾ ਅੱਗੇ ਆਪਾਂ ਵਲੌਗ ਪਾਏ ਜਾਲੀਆ ਸੈਂਸਰ ਦਾ ਦੱਸੋ ਮਿੱਤਰੋ ਕਮੈਂਟ ਕਰਕੇ ਦੱਸੋ ਇਹਦਾ ਵਲੌਗ ਹੀ ਪਾ ਦਈਏ ਫੁੱਲ ਡਿਟੇਲ ਦੇ ਵਿੱਚ ਪਾ ਦਾਂਗੇ ਵਲੌਗ ਮਿੱਤਰੋ ਇਹ ਮਿੱਤਰੋ ਲਿਆਂਦਾ ਤਾਂ ਆਪਾਂ ਆਪਣੇ ਯਾਰ ਦੋਸਤ ਤੋਂ ਸੈਂਸਰ ਇਹ ਕਿਹਾ ਸਾਊਂਡ ਚੈੱਕ ਕਰਦੇ ਹਾਂ ਲਾ ਕੇ ਇਹਦੀ ਇਹ ਲਾ ਕੇ ਸਾਊਂਡ ਕਿੱਦਾਂ ਹੀ ਕੱਢਦਾ ਟਰੈਕਟਰ ਦਾ
ਸਾਊਂਡ ਤੁਹਾਨੂੰ ਵੀ ਚੈੱਕ ਕਰਾਵਾਂਗੇ ਪੂਰੀ ਚੰਗੀ ਤਰ੍ਹਾਂ। ਜੇ ਤੁਸੀਂ ਇੱਕ ਵਲੋਗ ਪੂਰਾ ਡਿਟੇਲ ਦਾ ਚਾਹੀਦਾ ਇਹਦੇ ਨਾਲ ਦਾ, ਇਹ ਕਿੱਥੋਂ ਮਿਲਦਾ ਅਤੇ ਕਿਵੇਂ ਮਿਲਦਾ, ਕੀ ਹਿਸਾਬ ਕਿਤਾਬ, ਰੇਟ ਰੂਟ ਸਾਰਾ ਕੰਮ ਮਤਲਬ ਦੱਸ ਦਾਂਗੇ ਆਪਾਂ। ਅਤੇ ਵਲੋਗ ਚਾਹੀਦਾ ਕਮੈਂਟ ਕਰਕੇ ਜ਼ਰੂਰ ਦੱਸੋ ਜੀ, ਚੈੱਕ ਕਰੋ ਮਤਲਬ ਆਵਾਜ਼ ਤਾਂ ਬਹੁਤ ਘੈਂਟ ਹੈ ਜੀ, ਠੀਕ ਲੱਗਦਾ ਹੁਣ ਟਰੈਕਟਰ ਦੇ ਲੱਗਾ, ਪਰ ਜਾਲੀ ਵਾਲੀ ਦੀ ਲੁੱਕ ਐ ਬੜੀ ਘੈਂਟ ਹੁੰਦੀ ਮਤਲਬ, ਤੁਹਾਨੂੰ ਨਹੀਂ ਪਤਾ ਕਿ ਜਾਲੀ ਵਾਲੀ ਲੱਗਾ ਤਾਂ ਬੜੀ ਘੈਂਟ ਲੁੱਕ ਉਹਦੀ। ਜਾਲੀ ਵਾਲਾ ਸਨੈਸਰ ਵੀ ਆਪਣੇ ਕੋਲ ਹੀ ਹੈਗਾ, ਪਰ ਉਹ ਆਪਣੇ ਨਾਲ ਦੇ ਪਿੰਡ ਦੇ ਦੋਸਤ ਮਿੱਤਰ ਕੋਲ ਗਿਆ ਹੋਇਆ, ਉਹਨਾਂ ਟਾਈਮ ਲਈ ਆਪਾਂ ਲਾਇਆ ਪਿਆ। ਚੈੱਕ ਕਰੋ ਮਿੱਤਰੋ ਕਮੈਂਟ ਕਰ ਜੂਸ ਹੈ ਤਾਂ ਵਲੋਗ ਬਣਾਉਣਾ ਕਿ ਨਹੀਂ, ਫਿਰ ਤਾਂ ਆਪਾਂ ਸਨੈਸਰ 'ਤੇ ਵਲੋਗ ਬਣਾ ਦਾਂਗੇ, ਨਹੀਂ ਤਾਂ ਹੁਣ ਡਿਟੇਲ ਆਪਾਂ ਵਲੋਗ ਦੇ ਵਿੱਚ ਦੇ ਦਾਂਗੇ। ਅਗਲੇ ਜੋ ਬਣਾਇਆ ਹੁਣ ਤੂੜੀ 'ਤੇ ਬਣਾਉਣਾ ਮਿੱਤਰੋ, ਤੂੜੀ ਮਿੱਤਰੋ ਆਪਾਂ ਥੋੜ੍ਹੇ ਦਿਨਾਂ ਵਿੱਚ ਬਣਾ ਹੀ ਲੈਣੀ ਹੈ ਬਸ, ਅੱਜ ਪੁੱਛ ਗਏ ਤੂੜੀ ਵਾਲਿਆਂ ਨੂੰ ਅਤੇ ਉਹ ਕਹਿੰਦੇ ਕੱਲ੍ਹ ਨੂੰ ਜਾਂ ਬਣਾ ਦਾਂਗੇ ਆਥਣੇ ਜਾਂ ਪਰਸੋਂ ਤਾਂ ਪੱਕਾ ਹੀ ਆ, ਅਤੇ ਉਹ ਵਲੋਗ ਮਿੱਤਰ ਆਉਣਾ ਅਤੇ ਉਹ ਵਲੋਗ ਪੂਰਾ ਘੈਂਟ ਹੋਣਾ, ਅਤੇ ਚੈੱਕ ਕਰੋ ਜੀ ਮਿੱਤਰੋ ਮਸ਼ੀਨ ਮਿੱਤਰ ਆਉਣ ਵਾਲੀ ਆ। ਲੁੱਕ ਵੇਖੋ ਇੱਥੋਂ ਚੈੱਕ ਕਰੋ ਲੁੱਕ ਕਿੱਦਾਂ ਦੀ ਆ ਰਹੀ ਘੈਂਟ। ਮਿੱਤਰੋ ਇੱਕ ਟੈਂਕ ਪਵਾ ਲਿਆ, ਚੈੱਕ ਕਰੋ ਮਸ਼ੀਨ ਬਲਕਾਰ ਵਾਲਿਆਂ ਦੀ ਮਸ਼ੀਨ ਆ ਮਿੱਤਰੋ, ਅਤੇ ਚੱਕੋ ਇੱਕ ਟੈਂਕ ਦੇਖੋ ਮਿੱਤਰੋ ਲਿਖਾਇਆ ਆਪਣਾ ਜ਼ੋਰ ਜਵਾਨੀ ਧੰਨ ਪੱਲੇ ਫੇਰ ਜੱਟ ਸਿੱਧਾ ਗੰ ਚੱਲੇ, ਕਹਿਣਾ ਮਿੱਤਰੋ ਲੱਗੀ ਵੀ ਆ ਮਸ਼ੀਨ
ਆਪਾਂ ਇੱਕ ਨਵਾਂ ਸੱਪ ਕੱਢਣਾ। ਮੈਂ ਕਿਹਾ ਅੱਜ ਹੀ ਦੱਸ ਦੀ ਆਪਾਂ ਡਿਟੇਲ ਵਿੱਚ, ਆਪਾਂ ਮਤਲਬ ਇੱਕ ਨਵਾਂ ਸੱਪ ਕੱਢਣਾ, ਅਤੇ ਇਸ ਲਈ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਰੱਖਿਆ ਕਰੋ, ਅਤੇ ਚੂੜੀਆਂ ਸੀਨ ਮੁੱਕ ਜਾਣ ਤੂੰ, ਅਤੇ ਉਹਦੇ ਬਾਅਦ ਆਪਾਂ ਇੱਕ ਤਗੜਾ ਸੱਪ ਕੱਢਣਾ, ਅਤੇ ਦੇਖ ਕੇ ਵੀ ਆਪਣੇ ਬਾਈ ਬਾਬੇ ਸਰਾ 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 ਵੱਜ ਨਿਕਲ ਗਿਆ ਮਿੱਤਰੋ। ਵਲੋਗ ਵੇਖਿਆ ਕਰੋ ਮਿੱਤਰੋ, ਰੋਜ਼ ਆਪਾਂ ਵਲੋਗ ਰੂਟੀਨ ਵਿੱਚ ਪਾਇਆ ਕਰਾਂਗੇ, ਅਤੇ ਚੂੜੀਆਂ ਵਲੋਗ ਵੀ ਪਾਵਾਂਗੇ, ਅਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ, ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਪੂਰੇ ਕਰ ਦਿਓ, ਇਹ ਚੂੜੀ ਵਾਲੇ ਨੂੰ ਕਰਦੇ, ਫਿਰ ਛੇਤੀ ਤੋਂ ਛੇਤੀ ਆਪਾਂ ਨਵਾਂ ਸੱਪ ਕੱਢ ਦੇਣਾ। ਠੀਕ ਹੈ ਮਿੱਤਰੋ, ਬਹਿ ਗਈ ਆਪਣੇ ਮਿੱਤਰੋ ਮਾੜੀ ਕਣਕ, ਇਹ 2.25 ਕਿੱਲੇ ਆ ਮਿੱਤਰੋ, ਅਤੇ ਹੁਣ ਦਿਖਾਵਾਂ ਕਿੰਨਾ ਟਰਾਲਾ ਭਰਦਾ। ਫਿਰ ਤੁਸੀਂ ਮਿੱਤਰੋ ਵਲੋਗ ਅਤੇ ਝਾੜ ਕਿੱਦਾਂ ਲੱਗਿਆ, ਤੁਹਾਨੂੰ ਕਮੈਂਟ ਕਰਕੇ ਦੱਸਿਓ ਵਲੋਗ ਦੇ ਥੱਲੇ, ਝਾੜ ਕਿਵੇਂ ਆ, 2.25 ਕਿੱਲੇ ਕਿੰਨਾ ਕੁ ਟਰਾਲਾ ਨਿਕਲਣਾ ਚਾਹੀਦਾ, ਕਿੰਨਾ ਨਿਕਲਿਆ ਅਤੇ ਕੀ ਹਿਸਾਬ ਕਿਤਾਬ ਆ, ਅਤੇ ਆਪਦੇ ਦੱਸੋ ਏਰੀਏ ਕਿੱਦਾਂ ਕਿੱਦਾਂ ਕਿੰਨਾ ਝਾੜ ਨਿਕਲਿਆ ਤੁਹਾਡੇ। ਠੀਕ ਆ ਮਿੱਤਰੋ, ਇਹ ਨਹੀਂ ਮਤਲਬ ਲਾਈਕ ਸ਼ੇਅਰ ਕਮੈਂਟ ਕਰਕੇ ਰੱਖਿਆ ਕਰੋ ਵਲੋਗ ਨੂੰ, ਅਤੇ ਹੁਣ ਨਵਾਂ ਸੱਪ ਕੱਢਣਾ ਰਾਈਟਰ ਜਾਂਦੇ, ਬਹੁਤ ਟਾਈਮ ਹੋ ਗਿਆ ਮੋਟੀਵੇਸ਼ਨ ਆਪਾਂ ਕੀਤੀ ਨਹੀਂ ਕੋਈ ਤਕੜੀ, ਜੇਕਰ ਤਕੜੀ ਮੋਟੀਵੇਸ਼ਨ ਕਰਨੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਰੱਖੋ ਜ਼ਰੂਰ। ਓਕੇ ਮਿੱਤਰੋ, ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਕਿਹੜਾ ਸੱਪ ਹੋ ਸਕਦਾ ਉਹ, ਇਹਦਾ ਲੁੱਕ ਚੇਂਜ ਹੋ ਜੂ ਆਪਣੇ ਟਰੈਕਟਰ ਦੀ, ਦਿਖਾਉਂਦਾ ਅੰਦਰ ਲੁੱਕ, ਅਤੇ ਉਦੋਂ ਬਾਅਦ ਲੁੱਕ ਦੇਖੋ ਜੀ, ਦੇਖੋ ਕੀ ਹੋ ਸਕਦਾ ਮਿੱਤਰੋ, ਕਮੈਂਟ ਕਰੇ ਜੂ ਦੱਸੋ ਵੀ, ਥੋੜ੍ਹਾ ਸਸਪੈਂਸ ਵੀ ਬਣਾਉਣਾ ਪੈਂਦਾ ਮਿੱਤਰੋ, ਇਸ ਲਈ ਸੋਚ ਕੇ ਜੂ ਦੱਸੋ ਕੀ ਹੋ ਸਕਦਾ। ਓਕੇ ਮਿੱਤਰੋ, ਚੈੱਕ ਕਰੋ ਮਿੱਤਰੋ ਵੱਡੀ ਸਾਰੀ ਕਣਕ, ਦਿਖਾਉਂਦਾ ਕਿੰਨਾ ਕੁ ਵੇਟਰ ਲਿਆ, ਚੈੱਕ ਕਰੋ ਇੰਨਾ ਹੋਇਆ ਟਰਾਲਾ, ਮੈਂ 2.25 ਕਿੱਲਿਆਂ ਚੈੱਕ ਕਰੋ, ਸਹੀ ਸਹੀ ਦੱਸਿਆ ਆਪਾਂ 2.25 ਕਿੱਲੋ ਹੀ ਆ, ਹੁਣ ਕੱਢਦੇ ਟਰੈਕਟਰ ਬਾਹਰ, ਅਤੇ ਕੈਮਰਾਮੈਨ ਤਾਂ ਆਪਣੇ ਕੋਲ ਹੈ ਨਹੀਂ, ਕੋਈ ਵੀਡੀਓ ਬਣਾ ਲਏ ਤਾਂ ਹੀ ਕੱਢ ਦਿੰਦੇ ਹਾਂ ਵਲੋਗ, ਵਲੋਗ ਮਿੱਤਰੋ ਅੱਜ ਹੀ ਅਪਲੋਡ ਕਰ ਦਿੰਦੇ ਹਾਂ। ਵਲੋਗ ਕਿੱਦਾਂ ਲੱਗੇ ਲਾਈਕ ਸ਼ੇਅਰ ਕਮੈਂਟ ਕਰੋ, ਵਲੋਗ ਇੱਥੇ ਖਤਮ ਕਰਦੇ ਹਾਂ, ਅੱਗੇ ਤੂੜੀ ਵਾਲਾ ਵਲੋਗ ਆਊਗਾ ਤਾਂ ਉਹ ਦੱਸੋ ਕਿੱਦਾਂ ਲੱਗਿਆ।